ਭਾਈ ਇੱਕ ਹੋਰ ਪਰਲੇ ਪਾਸੇ ਮੈਨੂੰ ਬੂਟਾ ਦਿਖ ਰਿਹਾ ਤੁਸੀਂ ਆਉਂਦੇ ਨੇ ਮੈਂ ਉਹਦੇ ਬਾਰੇ ਦੱਸਿਆ ਸੀ ਜਿਹੜਾ ਤਕਰੀਬਨ 300 ਬਿਮਾਰੀ ਨੂੰ ਠੀਕ ਕਰਦਾ ਉਹਨੂੰ ਤੁਸੀਂ ਕਿਹਾ ਸੀ ਭਾਵੇਂ ਸਾਗ ਬਣਾ ਕੇ ਖਾ ਲਓ ਉਹਦਾ ਤੇ ਚਾਹੇ ਉਹਦੇ ਪੱਤੇ ਉਹੀ ਖਾ ਲਿਏ ਇਹ ਇੱਕ ਤਾਂ ਪਹਿਲਾਂ ਫਿਰ ਲੈਮਨ ਤુલਸੀ ਦੀ ਹੈ ਤੇ ਇਹਦੀ ਆਪਣਾ ਗ੍ਰੀਨ ਟੀ ਬਹੁਤ ਵਧੀਆ ਬਣਦੀ ਹੈ ਤੇਵੇਂ ਬੁਖਾਰ ਤੋਂ ਵੀ ਲੈ ਸਕਦੇ ਆ ਖੰਗ ਜਖਾਮ ਤੋਂ ਕੋਈ ਆਪਾਂ ਕਹਿੰਦੇ ਆ ਵਾਇਰਸ ਹੈ ਕੋਈ ਬਹੁਤ ਵਧੀਆ ਗ੍ਰੀਨ ਟੀ ਬਣਦੀ ਹੈ ਉਹ ਬਾਲ ਕੇ ਹੀ ਬਣੂ ਜਾਂ ਕੋਈ ਖੰਡ ਦੁੱਧ ਪਾਉਣਾ ਪਊਗਾ ਨਹੀਂ ਨਾ ਦੁੱਧ ਨਾ ਪੱਤੀ ਨਾ ਖੰਡੇ ਇਹਨੇ ਚੀਜ਼ਾਂ ਦਾ ਪਹਿਲਾਂ ਹੀ ਬੰਦ ਹੈ ਇਹਦੇ ਵਾਸਤੇ ਤਾਂ ਆਪਾਂ ਸ਼ਹਿਦ ਵਰਤ ਸਕਦੇ ਹੂੰ ਗੁੜ ਤੇ ਸ਼ੱਕਰ ਤੇ ਸਟੇਸਟ ਬਣਾਉਣ ਵਾਸਤੇ ਜੋ ਸੌਂਫ ਪਾਓ ਇਲਾਇਚੀ ਪਾਓ ਉਹਨੇ ਕੋਲੇ ਉਹ ਹਾਰ ਸ਼ਿੰਗਾਰ ਹੈ ਪਰੀ ਯਾਤਰਾ ਦੀ ਰਾਣੀ ਹੂੰ ਕੋਈ ਆਪਣੇ ਗੋਡੇ ਗਿੱਟਿਆਂ ਤੋਂ ਜਾਂ ਇਹ ਸਰਵਧਿਆ ਹੋਵੇ ਯੂਲ ਪੈਸਟ ਵਧਿਆ ਹੋਵੇ ਹੂੰ ਇਹ ਉਹਦੇ ਤਿੰਨ ਪੱਤੇ ਵਾਲ ਕੇ ਇੱਕ ਬੰਦੇ ਆਸਤੇ ਜਾਂ ਉਹਦੇ ਫੁੱਲ ਲੱਗਦੇ ਆ ਅੱਜਕੱਲ ਸਵੇ ਆ ਨਗਪਿੰਡੀ ਰਾਜੂ ਫੁੱਲ ਖਿਲਦੇ ਬਹੁਤ ਸਮੇਂ ਚਿੱਟੇ ਤੇ ਪੀਲੇ ਇਹ ਉਹ ਥੋੜੇ ਫੁੱਲ ਵਾਲ ਕੋਈ ਲੈ ਸਕਦਾ ਕੰਮ ਤਾਂ ਵੀ ਅਸੀਂ ਸਾਰਾ ਹੀ ਆਉਂਦਾ ਦੀ ਜੜ ਵੀ ਕੰਮ ਆਉਂਦੀ ਹੈ ਗੁੱਦਾ ਵੀ ਪਰ ਉਹ ਜਿਆਦਾ ਆਪਣਾ ਜਿੰਨਾ ਪਤਾ ਆਮ ਲੋਕਾਂ ਨੂੰ ਫਲੀਆਂ ਦਾ ਫੁੱਲਾਂ ਬਾਰੇ ਘਟ ਵਿੱਚ ਪੱਤਿਆਂ ਦਾ ਲਾਭ ਲੈਂਦੇ ਭਾਈ ਇਹਦਾ ਨਾਮ ਕੀ ਹੈ ਇਹਦਾ ਨਾਮ ਸੁਵਾਂਜਨਾ ਜੀ ਸੁਭਾਂਜਨਾ ਮਰਿੰਗਾ ਕਹਿੰਦੇ ਨੇ ਮਰਿੰਗਾ ਇੰਗਲਿਸ਼ ਨਾਮ ਇਹਦਾ ਮਰਿੰਗਾ ਸੁਭਾਂਜਨਾ ਦਾ ਬੂਟਾ ਤੁਸੀਂ ਘਰੇ ਵੀ ਲਾ ਸਕਦੇ ਹੋ ਇੱਕ ਦਰਖਤ ਆ ਪੰਜ ਨਾਜਾ ਜੀ ਬਾਬੇ ਨਾਨਕ ਵਾਲਾ ਕੋਧਰਾ ਕੰਗਣੀ ਹਰੀ ਕੰਗਣੀ ਸਵਾੰਕ ਤੇ ਘਟਕੀ ਪੰਜ ਨਾਜ ਹੈ ਅਨਾਜ ਦੇ ਨਾਜਾ ਨਾਲ ਉਹ ਮੈਡੀਸਨ ਦਾ ਕੰਮ ਕਰਦੇ ਆ ਜੇ ਜਿਵੇਂ ਸੁਆਪ ਮੰਨ ਲਓ ਗ੍ਰੀਨ ਟੀ ਬਣਾਲੀ ਪਾਣੀ ਪੀ ਲਿਆ ਉਦੋਂ ਬਾਅਦ ਫਰੂਟ ਫਿਰ ਸਲਾਦ ਖਾ ਕੇ ਫੇਰ ਹੀ ਖਾਣਾ ਖਾਣਾ ਚਾਹੀਏ ਤੁਸੀਂ ਰੋਟੀ ਬਾਜਰੇ ਦੀ ਖਾਣੀਏ ਚਾਹੀ ਮੱਕੀ ਜਾਂ ਜਵਾਰ ਦੀ ਸਲਾਦ ਪਹਿਲਾਂ ਖਾ ਕੇ ਫੇਰ ਰੋਟੀ ਖਾਣੀਏ ਬਜੇ ਮਿਲਟਨ ਆਟਾ ਹੀ ਖਾਣੇ ਤਾਂ ਵੀ ਫੇਰ ਤਾਂ ਆਪਾਂ ਸਾਰੀਆਂ ਬਿਮਾਰੀਆਂ ਠੀਕ ਕਰ ਸਕਦੇ ਆ ਏ ਟੂ ਜ਼ेड ਕੋਈ ਬਿਮਾਰੀ ਨਹੀਂ ਦੇਣੀ ਕੁੱਲ ਮਿਲਾ ਕੇ ਐਵਰੇਜ ਹੀ 2 ਸਾਲ ਦੀ ਮੰਨ ਸਕਦੇ ਆ ਕਿ 2 ਸਾਲ ਹੋ ਗਏ ਤੁਸੀਂ ਵੀ ਰੋਟੀ ਨਹੀਂ ਖਾਂਦੇ ਕਣਕ ਦੀ ਸਿਰਫ ਮਿਲਟਨ ਆਟਾ ਜਾਂ ਆ ਕੁਦਰਤੀ ਸਰੋਤਾਂ ਰਾਹੀਂ ਤੁਸੀਂ ਆਨੰਦ ਲੈ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਲੋਕ ਆਵਾਜ਼ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਪਰਮਜੀਤ ਸਿੰਘ ਦੋਸਤੋ ਮੇਰੇ ਹੱਥ 'ਚ ਨਾ ਤੁਸੀਂ ਕੁਝ ਪੱਤੇ ਦੇਖ ਰਹੇ ਹੋ ਇਹ ਪੱਤੇ ਤੁਹਾਡੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰ ਦੇਣਗੇ ਮੈਂ ਅੱਜ ਦੇ ਸਮੇਂ ਦੀ ਗੱਲ ਕਰਾਂ ਤਾਂ ਅੱਜ ਦੇ ਸਮੇਂ ਵਿੱਚ ਹਰ ਘਰ ਵਿੱਚ ਇੱਕ ਨਾ ਇੱਕ ਬਿਮਾਰੀ ਤਾਂ ਜ਼ਰੂਰ ਹੋਵੇਗੀ ਚਾਹੇ ਸ਼ੂਗਰ ਹੋਵੇ ਚਾਹੇ ਖੂਨ ਦੀ ਕਮੀ ਦੀ ਕਹਿ ਦਈਏ ਜਾਂ ਮੋਟਾਪੇ ਦੀ ਕਹਿ ਦਈਏ ਕਬਜ ਦੀ ਗੱਲ ਕਰ ਲਈਏ ਥਾਇਰੋਇਡ ਦੀ ਗੱਲ ਕਰ ਲਈਏ ਇੱਥੋਂ ਤੱਕ ਨਾਰਮਲ ਬੁਖਾਰ ਤੱਕ ਵੀ ਇਹ ਤੁਹਾਡਾ ਪੱਤਿਆਂ ਨਾਲ ਜਾਂ ਕੁਦਰਤੀ ਤਰੀਕੇ ਦੇ ਨਾਲ ਤੁਹਾਡਾ ਇਲਾਜ ਹੋ ਜਾਵੇਗਾ ਬਾਈ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਸ ਦੇ ਨਾਲ ਇਹਨਾਂ ਦੀਆਂ ਗੱਲਾਂ ਤੁਸੀਂ ਫੋਲੋ ਕਰ ਲਓਗੇ ਸੁਣ ਲਵੋਗੇ ਤਾਂ ਤੁਹਾਡੇ ਘਰ ਵਿੱਚੋਂ ਦਵਾਈਆਂ ਮੁੱਕ ਜਾਣਗੀਆਂ ਦਵਾਈਆਂ ਨਿਕਲ ਜਾਣੀਆਂ ਇੱਥੋਂ ਤੱਕ ਤੁਸੀਂ ਡਾਕਟਰ ਦਾ ਨੰਬਰ ਵੀ ਡਿਲੀਟ ਕਰ ਦੇਵੋਗੇ ਕਿਉਂਕਿ ਯਾਰ ਹੁਣ ਲੋੜ ਨਹੀਂ ਪੈਂਦੀ ਹੁਣ ਆਪਾਂ ਡਾਕਟਰ ਦਾ ਨੰਬਰ ਕੀ ਰੱਖਣਾ ਬਾਈ ਸੁਆਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੀਗਲ ਜੀ ਜੀ ਮੇਰੇ ਨਾਲ ਆ ਬਾਈ ਜਸਵਿੰਦਰ ਹੈ ਬਾਈ ਜਸਵਿੰਦਰ ਕਿਸਾਨ ਹੈ ਖੇਤੀਬਾੜੀ ਕਰਦਾ ਲੇਕਿਨ ਜੇ ਗੱਲ ਕਰਾਂ ਮੈਂ ਬਾਈ ਦੇ ਨਾਲ ਜਿਵੇਂ ਗੱਲਬਾਤ ਕੀਤੀ ਨਾ ਦਵਾਈਆਂ ਬਾਰੇ ਤਾਂ ਇੱਕ ਰੋਗਾਂ ਨੂੰ ਦੂਰ ਕਰਨ ਵਾਲੇ ਤਾਂ ਬਾਈ ਕਿਸੇ ਵੈਦ ਤੋਂ ਵੀ ਘੱਟ ਨਹੀਂ ਡਾਕਟਰ ਵੀ ਹੈ ਬਾਈ ਆ ਤੁਸੀਂ ਮੈਨੂੰ ਪੱਤੇ ਫੜਾਏ ਸੀ ਕੁਝ ਹਨਾ ਵੀ ਇਹਨੂੰ ਘਰੇ ਵਰਤਿਓ ਤੇ ਵਰਤ ਕੇ ਮੈਨੂੰ ਰਿਜ਼ਲਟ ਦੱਸਿਓ ਇਹ ਪੱਤੇ ਕਿਹੜੀ ਕਿਹੜੀ ਬਿਮਾਰੀ ਤੋਂ ਕੰਮ ਕਰਦੇ ਨੇ ਇਹ ਜੀ ਇੱਕ ਤਾਂ ਪਹਿਲਾਂ ਫਜਾ ਲੈਮਨ ਤુલਸੀ ਦੇ ਆ ਹੂੰ ਤੇ ਇਹਦੀ ਆਪਣਾ ਗ੍ਰੀਨ ਟੀ ਬਹੁਤ ਵਧੀਆ ਬਣਦੀ ਹੈ ਹੂੰ ਜੇ ਬੁਖਾਰ ਤੋਂ ਵੀ ਲੈ ਸਕਦੇ ਆਂ ਖੰਗ ਜਖਾਮ ਤੋਂ ਕੋਈ ਆਪਾਂ ਕਹਿੰਦੇ ਆਂ ਵਾਇਰਸ ਹੈ ਕੋਈ ਬਹੁਤ ਵਧੀਆ ਗ੍ਰੀਨ ਟੀ ਬਣਦੀ ਹੈ ਹਮ ਤੈਸਟੀ ਵੀ ਹੈ ਤੇ ਇਮਿਊਨਿਟੀ ਨੂੰ ਵਧਾਉਂਦਾ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਹਮ ਤੇ ਆ ਆਪਣੀ ਆਮ ਆਗੀ ਤુલਸੀ ਇੱਕ ਏ ਕਾਲੀ ਤુલਸੀ ਦੇ ਹਮ ਉਹਦਾ ਆਮ ਤુલਸੀ ਦੇ ਬੂਟੇ ਪਿੱਛੇ ਹੈਗੇ ਜੀ ਤੇ ਇਹ ਮੈਡੀਸਨ ਪਲਾਂਟ ਦੇ ਵਿੱਚ ਪਲਾਂਟ ਆਉਂਦੇ ਇਹ ਕਈ ਤਰ੍ਹਾਂ ਦੇ ਪਲਾਂਟ ਆ ਤੁਹਾਨੂੰ ਦਿਖਾ ਦਿੰਨੇ ਇੱਥੇ ਅੱਜ ਆਪਾਂ ਚੱਲਦੇ ਆ ਉਹ ਪਲਾਂਟਰ ਦੇਖਦੇ ਆ ਜਿਹੜੇ ਦਵਾਈਆਂ ਦੇ ਵਿੱਚ ਕੰਮ ਆਉਂਦੇ ਨੇ ਬਾਈ ਜਾਂਦਾ ਮੈਡੀਸਨ ਪਲਾਂਟ ਨੇ ਜਿਹੜੇ ਬਾਈ ਕਿੱਥੋਂ ਸ਼ੁਰੂ ਕਰਦੇ ਆਪਾਂ ਗੱਲਬਾਤ ਇਹ ਲੈਮਨ ਗ੍ਰਾਸ ਹੈ ਜੀ ਹਾਂਜੀ ਇਹਦੀ ਵੀ ਗ੍ਰੀਨਟੀ ਬਹੁਤ ਵਧੀਆ ਬਣਦੀ ਆ ਜਿਵੇਂ ਕੋਈ ਸਿਰਦਰਦ ਤੋਂ ਆਪਾਂ ਕਹਿ ਲઈએ ਜਾਂ ਟੈਨਸ਼ਨ ਤੋਂ ਕਹਿ ਲઈએ ਹੂੰ ਤੇ ਨੀਂਦ ਬਹੁਤ ਆਉਂਦੀ ਆ ਸ਼ਾਮ ਨੂੰ ਆਪਾਂ ਪੀ ਲੈਨੇ ਨਾ ਖਾਣਾ ਖਾਣ ਤੋਂ ਬਾਅਦ ਹੂੰ ਤਾਂ ਬਹੁਤ ਵਧੀਆ ਚੀਜ਼ ਹੈ ਤੇ ਇਹਦਾ ਬੂਟਾ ਘਰੇ ਹੀ ਲੱਗ ਜਾਣਾ ਹੂੰ ਤੇ ਇਹ ਬਹੁਤ ਵੱਧਦਾ ਫੁੱਲਦਾ ਤੇ ਇਹਦੇ ਪੱਤੇ ਕੰਮ ਆਉਂਦੇ ਜੀ ਇਹਦੇ ਹਰੇ ਪੱਤੇ ਆਪਾਂ ਗ੍ਰੀਨਟੀ ਬਣਾ ਸਕਦੇ ਹੂੰ ਤੇ ਥੱਲੇ ਪੱਤਿਆਂ ਨੂੰ ਉਬਾਲ ਕੇ ਹੀ ਬਣੂ ਜਾਂ ਕੋਈ ਖੰਡ ਦੁੱਧ ਪਾਉਣਾ ਪਊਗਾ ਨਹੀਂ ਨਾ ਦੁੱਧ ਨਾ ਪੱਤੀ ਨਾ ਖੰਡੇ ਤਿੰਨੇ ਚੀਜ਼ਾਂ ਦਾ ਪਹਿਲਾਂ ਹੀ ਬੰਦ ਹੈ ਇਹਦੇ ਵਾਸਤੇ ਤਾਂ ਆਪਾਂ ਸ਼ਹਿਦ ਵਰਤ ਸਕਦੇ ਹੂੰ ਗੁੜ ਤੇ ਸ਼ੱਕਰ ਤੇ ਟੇਸਟ ਬਣਾਉਣ ਵਾਸਤੇ ਜਿਵੇਂ ਸੌਂਫ ਪਾ ਲਓ ਇਲਾਚੀ ਪਾ ਲਓ ਹੂੰ ਇਹ ਆਮ ਨਾਰਮਲ ਰੋਤਾ ਜੇ ਠੰਡ ਦੇ ਵਿੱਚ ਆਪਾਂ ਪਾ ਸਕਦੇ ਹਾਂ ਚ ਦਾਲਚੀਨੀ ਵੀ ਪੈ ਜੂਗੀ ਅਦਰਕ ਵੀ ਪੈ ਜੂਗਾ ਹੂੰ ਤੇ ਕਾਲੀ ਮਿਰਚ ਪੈ ਜੂ ਲੌਂਗ ਵੀ ਪੈ ਜੂ ਫਿਰ ਉਹ ਮੰਨ ਲਓ ਕਾੜੇ ਦਾ ਟੈਪ ਬਣ ਜੂਗਾ ਉਹ ਹੋਰ ਵੀ ਬਹੁਤ ਵਧੀਆ ਟੇਸਟ ਬਣੂਗਾ ਹੂੰ ਤੇ ਜਿਆਦਾ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਧੀ ਸਰੀਰ ਨੂੰ ਜੀ ਵਧੀਆ ਕਰਦੇ ਹੋਰ ਆਪਾਂ ਹੋਰ ਪਲਾਂਟਾਂ ਦੀ ਗੱਲ ਕਰੀਏ ਬਈ ਹੋਰ ਕਿਹੜੇ ਕਿਹੜੇ ਪਲਾਂਟ ਨੇ ਕਿਹੜੀ ਕਿਹੜੀ ਬਿਮਾਰੀ ਤੋਂ ਕੰਮ ਕਰਦੇ ਨੇ ਹੋਰ ਤਾਂ ਚਾਰ ਪੰਜਾਂ ਜਿਹੜੇ ਕਰੰਦੇ ਦੇ ਬੂਟੇ ਹੈਗੇ ਆ ਜੀ ਹੂੰ ਤੇ ਪਿੱਛੇ ਆਪਣੇ ਕੋਲੇ ਕੜੀ ਪੱਤਾ ਪਿਆ ਚਟਨੀ ਬਣਾ ਲਓ ਚਾਹੇ ਸਬਜ਼ੀ ਜਾਂ ਆਪਾਂ ਕਹਿੰਦੇ ਕੜੀ ਹੀ ਸਾਰੇ ਕੜੀ ਪੱਤਾ ਹਰੇਕ ਸਬਜ਼ੀ ਜੀ ਪਾ ਸਕਦੇ ਆਪਾਂ ਸਾਗ ਚ ਪਾ ਲਓ ਤੇ ਸਬਜ਼ੀਆਂ ਚ ਪਾ ਲਓ ਹੂੰ ਤੇ ਇੱਕ ਆਪਣੇ ਕੋਲੇ ਹਾਰ ਸ਼ਿੰਗਾਰ ਹੈ ਭਰੀ ਯਾਦ ਰਾਤ ਦੀ ਰਾਣੀ ਹੂੰ ਉਹ ਜਿਹੜੇ ਆਪਣੇ ਗੋਡੇ ਗਿੱਟਿਆਂ ਤੋਂ ਜਦੋਂ ਇਹ ESR ਵਧਿਆ ਹੋਵੇ ਯੂਲ ਕੈਸਟ ਵਧਿਆ ਹੋਵੇ ਹੂੰ ਤੇ ਉਹਦੇ ਤਣ ਪੱਤੇ ਵਾਲ ਕੇ ਇੱਕ ਬੰਦੇ ਆਸਤੇ ਜਾਂ ਉਹਦੇ ਫੁੱਲ ਲੱਗਦੇ ਆ ਅੱਜ ਕੱਲ ਹੂੰ ਸੋਵਾ ਡਿੱਗ ਪੈਂਦੇ ਰਾਤ ਨੂੰ ਫੁੱਲ ਖਿਲਦੇ ਬਹੁਤ ਸੋਹਣੇ ਚਿੱਟੇ ਤੇ ਪੀਲੇ ਹੂੰ ਤੇ ਉਹ ਥੋੜੇ ਫੁੱਲ ਵਾਲ ਕੇ ਉਹ ਵੀ ਲੈ ਸਕਦੇ ਜਿਹਦੇ ਨਾਲ ਗਠੀਆ ਗੁਠੀਆ ESR ਵਗੈਰਾ ਸਾਰ ਚੱਕਿਆ ਜਾਉ ਹੋਰ ਪ੍ਰੇਸ਼ ਕਰਨੇ ਪੈਂਦੇ ਵੈਸੇ ਇੱਕ ਵਾਰੀ ESR ਤੇ ਤੇ ਯੂਲ ਕੈਸਟ ਤੇ ਉਹਦਾ ਬਹੁਤ ਛੇਤੀ ਰਿਜ਼ਲਟ ਹੈ ਹੂੰ ਤੇ ਹੋ ਸਾਰੇ ਰੋਗ ਠੀਕ ਜਾਂਦੇ ਪਰ ਉਹ ਸਾਰਾ ਡਾਈਟ ਪਲਾਨ ਜੇ ਆਪਾਂ ਸਹੀ ਕਰਦੇ ਆ ਖਾਣ ਪੀਣ ਦਾ ਸਾਰੇ ਚੱਕਰ ਬਦਲ ਕੇ ਤੇ ਚੀਜ਼ਾਂ ਦਾ ਮੈਡੀਸਨ ਪਲਾਂਟ ਹੈ ਜਿਹੜੇ ਬਹੁਤ ਗੁਣਕਾਰੀ ਇਸੇ ਦਾਸ ਤੇ ਬਾਈ ਇੱਕ ਹੋਰ ਪਰਲੇ ਪਾਸੇ ਮੈਨੂੰ ਬੂਟਾ ਦਿਖ ਰਿਹਾ ਤੁਸੀਂ ਆਉਂਦੇ ਨੇ ਮੈਨੂੰ ਉਹਦੇ ਬਾਰੇ ਦੱਸਿਆ ਸੀ ਜਿਹੜਾ ਤਕਰੀਬਨ 300 ਬਿਮਾਰੀ ਨੂੰ ਠੀਕ ਕਰਦਾ ਉਹਨੂੰ ਤੁਸੀਂ ਕਿਹਾ ਸੀ ਭਾਵੇਂ ਸਾਗ ਬਣਾ ਕੇ ਖਾ ਲਓ ਉਹਦਾ ਤੇ ਚਾਹੇ ਉਹਦੇ ਪੱਤੇ ਉਹੀ ਖਾ ਲੀਏ ਇਹ ਅੱਜ ਤੋਂ ਪਹਿਲਾਂ ਜਾਨੀ ਕਿ ਲੋਕਾਂ ਨੂੰ ਬਹੁਤ ਘੱਟ ਗਿਆਨ ਸੀ ਹੁਣ ਤਾਂ ਤਕਰੀਬਨ ਜ਼ਿਆਦਾ ਲੋਕ ਇਹਦੇ ਬਾਰੇ ਜਾਣ ਕੇ ਹਣਾ ਇਹਨੂੰ ਪਰਖ ਲੈਂਦੇ ਨੇ ਇਹ ਮੈਨੂੰ ਪਹਿਲਾਂ ਸ੍ਰੀ ਹਰਗੱ ਲੱਗਿਆ ਜਿਵੇਂ ਸ੍ਰੀ ਹੁੰਦਾ ਹਣਾ ਤੇ ਬਾਈ ਇਹਦੀ ਅਮਰੀਕਾ ਨੇ ਇੱਕ ਕੈਪਸੂਲ ਵੀ ਬਣਾਇਆ ਹੈ ਨਾ ਇਸ ਦਾ ਤੇ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਨੇ 15-1500 ਚ 2-2000 ਦੇ ਵਿੱਚ ਉਹਦੀਆਂ ਡੱਬੀਆਂ ਬਹੁਤ ਖਰੀਦੀਆਂ ਤੇ ਪਰ ਸਾਨੂੰ ਪਤਾ ਹੀ ਨਹੀਂ ਸੀ ਸਾਡੇ ਤਾਂ ਸੂਵਿਆਂ ਦੀ ਬੰਨੀ ਤੇ ਆਮ ਵੀ ਖੜਾ ਇਹ ਇਹਦੇ ਫਾਇਦੇ ਕੀ ਕੀ ਨੇ ਤੇ ਕਿਵੇਂ ਵਰਤਿਆ ਜਾਊ ਇਹਦੇ ਸਹੀ ਮੈਂ ਤਾਂ ਪੱਤੇ ਹੀ ਚੱਬ ਸਕਦੇ ਆਪਾਂ ਹਰੇ ਪੱਤੇ 10-15 ਪੱਤੇ ਚ ਤੋੜ ਕੇ ਚੱਬ ਲੋ ਚਟਨੀ ਬਣਾ ਲਓ ਹਾਂ ਇਸੇ ਤਰ੍ਹਾਂ ਹੀ ਖਾ ਸਕਦੇ ਆਂ ਧੋਕੇ ਖਾ ਲਓ ਕੋਈ ਜੀ ਦਿੱਕਤ ਨਹੀਂ ਤੇ ਇਹ ਬੂਟਾ ਵਾਦਾ ਬਹੁਤ ਹੈ ਹਰੇਕ ਤਾਈ ਹੋ ਜਾਂਦਾ ਹੈ ਤੇ ਗਰੋਥ ਬਹੁਤ ਕਰਦਾ ਹੈ ਬਾਈ ਟਾਲੀ ਦੇ ਪੱਤੇ ਵਾਂਗੂ ਸਵਾਦ ਆਉਂਦਾ ਇਹਦੇ ਚ ਥੋੜਾ ਇਕੜਤਨ ਜਿਹਦਾ ਸਵਾਦ ਤੇ ਚਟਨੀ ਬਣਾ ਲਓ ਤੇ ਸਕਾ ਕੇ ਪੱਤੇ ਆਪਾਂ ਰੱਖ ਸਕਦੇ ਹਾਂ ਜਿਵੇਂ ਹਰ ਰੋਜ਼ ਹੀ ਆਪਣੀ ਦਾਲ ਸਬਜ਼ੀ ਦੇ ਵਿੱਚ ਚੁੰਡੀ ਪਾ ਲਓ ਜਿਵੇਂ ਜਿਹ ਕਹਦੇ ਆ ਸੁੱਕਾ ਆਪਾਂ ਧਣੀਆਂ ਧੋਣੀਆਂ ਪਾ ਦਿੰਨੇ ਹਣਾ ਇੱਥੇ ਪਾਉਣੇ ਉਸ ਹਿਸਾਬ ਨਾਲ ਪਾ ਸਕਦੇ ਤੇ ਵੈਸੇ ਪੱਤੇ ਵੀ ਇਹਦੇ ਬਹੁਤ ਲੰਮਾ ਚਰ ਮਿਲਦੇ ਰਹਿੰਦੇ ਇਹਦੀਆਂ ਫਲੀਆਂ ਵੀ ਲੱਗਦੀਆਂ ਉਹਨਾਂ ਦਾ achar ਵੀ ਬਣਦਾ ਇੱਕ ਫੁੱਲ ਲੱਗਦੇ ਆ ਫਲੀਆਂ ਤੋਂ ਪਹਿਲਾਂ ਜੀ ਉਹਨਾਂ ਦੀ ਵੀ ਪਰਜੀ ਬਣ ਜਾਂਦੀ ਹੈ ਹੂੰ ਕੰਮ ਤਾਂ ਵੈਸੇ ਸਾਰਾ ਹੀ ਹੁੰਦਾ ਇਹਦੀ ਜੜ ਵੀ ਕੰਮ ਆਉਂਦੀ ਹੈ ਗੁੱਦਾ ਵੀ ਪਰ ਉਹ ਜਿਆਦਾ ਆਪਣ ਜਿੰਨਾ ਪਤਾ ਆਮ ਲੋਕਾਂ ਨੂੰ ਉਹ ਫਲੀਆਂ ਦਾ ਫੁੱਲਾਂ ਬਾਰੇ ਘਟ ਬੱਤਿਆਂ ਦਾ ਲਾਭ ਲੈਂਦੇ ਭਾਈ ਇਹਦਾ ਨਾਂ ਕੀ ਹੈ ਇਹਦਾ ਨਾਂ ਸੁਵਾਂਜਨਾ ਜੀ ਸੁਵਾਂਜਨਾ ਹਾਂ ਮਰਿੰਗਾ ਕਹਿੰਦੇ ਅੰਗਰੇਜ਼ੀ ਮਰਿੰਗਾ ਇੰਗਲਿਸ਼ ਨਾਮ ਇਹਦਾ ਮਰਿੰਗਾ ਸੁਵਾਂਜਨਾ ਦਾ ਬੂਟਾ ਤੁਸੀਂ ਘਰੇ ਵੀ ਲਾ ਸਕਦੇ ਹੋ ਇੱਕ ਦਰਖਤ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਛਾਂ ਦੇਊਗਾ ਜਿਹੜਾ ਅਸੀਂ ਆਮ ਦਰਖਤ ਇਸੇ ਵਜ੍ਹਾ ਕਰਕੇ ਲਾਉਂਦੇ ਆ ਪੰਜਾਬੀ ਤਾਂ ਹਨਾ ਵੀ ਛਾਂ ਹੋ ਜੇ ਤੇ ਦੂਜੀ ਗੱਲ ਵਾਤਾਵਰਨ ਨੂੰ ਵੀ ਸਾਫ਼ ਰੱਖੇਗਾ ਤੇ ਸਭ ਤੋਂ ਮੁdde ਦੀ ਗੱਲ ਤੁਹਾਡੇ ਘਰ ਚੋਂ ਬਿਮਾਰੀਆਂ ਦੂਰ ਕਰੇਗਾ ਇਹ ਬੂਟਾ ਘਰ ਵਿੱਚ ਲਾ ਲਓ ਘਰ ਵਿੱਚ ਲਾ ਕੇ ਦਾ ਸੇਵਨ ਕਰੋ ਇਹ ਨਹੀਂ ਕਿ ਘਰੇ ਲਾ ਲਿਆ ਤੇ ਬਸ ਮੜ ਕੇ ਝੱਕਣਾ ਹੋਣੀ ਇਹਦਾ ਸੇਵਨ ਕਰਨਾ ਇਹਦੇ ਪੱਤਿਆਂ ਨੂੰ ਆ ਤੋੜ ਕੇ ਚਾਹੇ ਇਦਾਂ ਹੀ ਖਾ ਲਓ ਚਾਹੇ ਉਬਾਲ ਕੇ ਖਾ ਲਓ ਤੇ ਚਾਹੇ ਇਹਦਾ ਸਾਗ ਬਣਾ ਕੇ ਜਿਵੇਂ ਪੁਰਜੀ ਬਣਾ ਲੈਨੇ ਆ ਉਹ ਖਾ ਲਓ ਤਾਂ ਇਹ ਬਿਮਾਰੀਆਂ ਤੋਂ ਆਰਾਮ ਕਰੂਗਾ ਇੱਕ ਬਈ ਤੁਸੀਂ ਅਨਾਜਾਂ ਦੀ ਗੱਲ ਕੀਤੀ ਸੀ ਪੰਜ ਅਨਾਜ ਹਾਂਜੀ ਹਾਂਜੀ ਉਹ ਪੰਜ ਅਨਾਜ ਵੀ ਤੁਸੀਂ ਕਿਹਾ ਸੀ ਕਿ ਸਾਰੀਆਂ ਬਿਮਾਰੀਆਂ ਠੀਕ ਕਰ ਦੇਣਗੇ ਡਾਕਟਰ ਛਡਾ ਦੇਣਗੇ ਜਿਵੇਂ ਮੈਂ ਸ਼ੁਰੂ ਚ ਕਿਹਾ ਕਿ ਤੁਸੀਂ ਡਾਕਟਰ ਦਾ ਨੰਬਰ ਵੀ ਡਿਲੀਟ ਕਰ ਦੇਵੋਗੇ ਉਹ ਮੈਂ ਉਹ ਪੰਜਾਂ ਨਾਜਾਂ ਨੂੰ ਵੇਖ ਕੇ ਕਿਹਾ ਸੀ ਉਹ ਪੰਜਾਂ ਨਾਜਾਂ ਬਾਰੇ ਵੀ ਦੱਸੋ ਬਾਈ ਹੋਰਾਂ ਨੂੰ ਉਹ ਪੰਜ ਨਾਜਾ ਜੀ ਬਾਬੇ ਨਾਨਕ ਵਾਲਾ ਕੋਧਰਾ ਕੰਗਣੀ ਹਰੀ ਕੰਗਣੀ ਸਵਾੰਕ ਤੇ ਘਟਕੀ ਪੰਜ ਨਾਜ ਹੈ ਨਾਜ ਦੇ ਨਾਜਾ ਨਾਲ ਉਹ ਮੈਡੀਸਨ ਦਾ ਕੰਮ ਕਰਦੇ ਕੋਧਰਾ ਖੂਨ ਵਾਸਤੇ ਹੈ ਜੀ ਤੇ ਸਵਾੰਕ ਪੇਟ ਵਾਸਤੇ ਇਸੇ ਤਰ੍ਹਾਂ ਹੀ ਹਰੀ ਕੰਗਣੀ ਪੜੇ ਹੱਡੀਆਂ ਵਾਸਤੇ ਪੰਜੇ ਨਾਜ ਸਾਰਾ ਨਾਜ ਦਾ ਮੈਡੀਸਨ ਦਾ ਕੰਮ ਕਰਦੇ ਨਾਲੇ ਖਰਾਕ ਦਾ ਕੰਮ ਕਰਦੇ ਜੀ ਤੇ ਪੁਰਾਣੇ ਨਾਜ ਹਜ਼ਾਰਾਂ ਸਾਲ ਪੁਰਾਣੇ ਪਹਿਲਾਂ ਲੋਕ ਇਹੀ ਖਾਂਦੇ ਸੀ ਉਹ ਖਾਂਦਾ ਰਵੇ ਤਾਂ ਬੰਦਾ ਕਣਕ ਦੀ ਰੋਟੀ ਛੱਡਦੇ ਤੁਸੀਂ ਕਿਹਾ ਸੀ ਹਨਾ ਕਣਕ ਦੀ ਛੱਡ ਕੇ ਪੰਜਵੇਂ ਤੁਹਾਨੂੰ ਕਿਹਾ ਨਾ ਵੀ ਗਰਮੀ ਦੇ ਵਿੱਚ ਜੋਂ ਆਂਦੀ ਸਿਆਲਾਂ ਦੇ ਵਿੱਚ ਬਾਜਰੀ ਦੀ ਤੇ ਮੱਕੀ ਜਵਾਰ ਛੋਲੇ ਪੰਜ ਅਨਾਜ ਆ ਜਿਹੜੇ ਇਹਨਾਂ ਦੀ ਰੋਟੀ ਖਾਣੀ ਮਹਲਾ ਕੱਲੇ ਕੱਲੇ ਨਾਜ ਦੀ ਜਿਹੜੇ ਮਿਕਸ ਕਰ ਲੈਨੇ ਉਹਦੇ ਵਿੱਚ ਜਿਵੇਂ ਡਾਕਟਰ ਖਾਦਰਵਲੀ ਉਹਨੇ ਰეკਮੈਂਡੇਸ਼ਨ ਆ ਵੀ ਇਹ ਜਾਂ ਨਾਜ ਵੀ ਆਪਾਂ ਇਹ ਮਿਲਟ ਨਾਜ ਖਾਣੇ ਉਹ ਵੀ ਜਿਵੇਂ ਅੱਜ ਆਪਾਂ ਖੀਰ ਖਾਣੀ ਹੈ ਇਹ ਕੋਧਰਾ ਬਣਾ ਦਾ ਕੋਧਰੇ ਦੀ ਜੇ ਪ੍ਰਸ਼ਾਦ ਬਣਾ ਤਾਂ ਉਹ ਵੀ ਕੋਧਰੇ ਦਾ ਜਾਂ ਪਲಾವ್ ਬਣਾਉਣਾ ਕੁਝ ਵੀ ਬਣਾਉਣਾ ਵੀ ਇੱਕ ਨਾਜ ਇੱਕ ਦਿਨ ਵਰਤੋ ਐ ਹੁਣ ਜਿਵੇਂ ਇਕੱਠਾ ਪਾਟਾ ਕਰ ਲੈਨੇ ਪੰਜੇ ਹੀ ਇੱਕ ਦਿਨਾਂ ਖਾ ਲਿਓ ਕਿਤੇ ਸੀਤੀ ਵੱਧ ਕੰਮ ਲੈਂਦੇ ਲੈਂਦੇ ਖਰਾਬ ਕਰ ਲਿਆ ਨਾ ਉਹ ਸਰੀਰ ਦੇ ਵਿੱਚ ਵੀ ਉਸੇ ਤਰ੍ਹਾਂ ਬਣਿਆ ਹੁਣ ਆਪਾਂ ਪੰਜ ਬੰਦੇ ਦੇ ਨਾਮ ਰੈਸ ਲਿਖਨੇ ਕਿੰਨਾ ਸਮਾਂ ਲੱਗਦਾ ਉਵੇਂ ਹੀ ਅੰਦਰ ਵੀ ਆਪਣੇ ਸਿਸਟਮ ਬਾਹਰ ਵਾਲਾ ਵੀ ਉਸ ਹਿਸਾਬ ਨਾਲ ਇੱਕ ਨਾਜ ਨੂੰ ਪਛਾਣਨਾ ਵੀ ਸੌਖਾ ਹੈ ਉਹ ਰਾਸ ਕੱਢਣੇ ਉਹਨੂੰ ਯੂਜ਼ ਕਰਨਾ ਸੌਖਾ ਹੈ ਤੇ ਫੇਰ ਹੀ ਆਪ ਨੂੰ ਜਿਆਦਾ ਬੈਨੀਫਿਟ ਮਿਲਦਾ ਕੋਈ ਵੀ ਆਟਾ ਵਰਤਣਾ ਇੱਕ ਹੀ ਵਰਤਣਾ ਚਾਹੀਦਾ ਤੇ ਭਾਈ ਉਹਦੀ ਕੀਮਤ ਕਿੰਨੀ ਕਉਂਦੀ ਹੈ ਉਹ 5 ਕਿਲੋ 750 ਰੁਪਏ ਦਾ ਜੀ 30 32 ਦਿਨਾਂ ਦੀ ਇੱਕ ਬੰਦੇ ਦੀ ਖਰਾਕ ਜੀ 슈ਗਰ ਤਾਂ ਮੰਨ ਲਓ ਇੱਕ ਗੋਲੀ ਇੱਕ ਹਫਤੇ ਜੀ ਮੰਨ ਲਓ ਸਹੀ ਹੋ ਜਾਂਦਾ ਗੋਲੀ ਬੰਦ ਹੋ ਜਾਂਦੀ 슈ਗਰ ਨੋਰਮਲ ਆ ਜਾਂਦਾ ਭਾਈ ਉਹ ਉਹ ਜਿੰਨੇ ਕੇ ਜੇ ਇਹ 50 ਗ੍ਰਾਮ ਖਾ ਲਿਆ ਤੁਸੀਂ ਕਹਿਆ ਸੀ 50 ਗ੍ਰਾਮ ਇੱਕ ਟਾਈਮ ਖਾ ਲੇ ਬੰਦਾ ਤਾਂ ਸਾਰੀ ਦਿਹਾੜੀ ਭੁੱਖ ਨਹੀਂ ਲੱਗਦੀ ਵੀ ਦਿਹਾੜੀ 'ਚ ਤੁਸੀਂ 100 ਗ੍ਰਾਮ ਖਾ ਲੂਗਾ ਬੰਦਾ ਉਹ 100 ਗ੍ਰਾਮ ਨਾਲ ਨਿਕਲ ਜਾਂਦਾ ਸਰੀਰ ਦਾ ਯਾਨੀ ਕਿ ਜਿਹੜਾ 5-5 ਰੋਟੀਆਂ ਖਾਂਦਾ ਬੰਦਾ ਮੇਰੇ ਵਰਗਾ ਤੇ ਉਹ 100 ਗ੍ਰਾਮ ਨਾਲ ਸਾਰ ਲੂਗਾ ਨਹੀਂ ਉਹ ਫੁੱਲ ਕੇ ਨਾ ਜਿਵੇਂ ਚੌਲਾ ਵਾਂਗ ਕਾਫੀ ਬਣ ਜਾਂਦਾ ਹੂੰ ਵੀ ਉਹ 50 ਗ੍ਰਾਮ ਦੇਖਣ ਲੱਗਿਆ ਥੋੜਾ ਜਿਹਾ ਉਹ ਜਿਹੜੇ ਭੱਜ ਕੇ ਉਹਨੂੰ ਆਪਾਂ ਵਾਲਦੇ ਤੇ ਉਹ ਪੂਰੀ ਜਿਵੇਂ ਬਾਟੀ ਭਰ ਜਣੀ ਉਹ ਨਾਲ ਦੀ ਹੂੰ ਤੇ ਉਹ ਵੀਰ ਜੂਗਾ ਜਿਹੜਾ ਨਾਰਮਲ ਬੰਦੇ ਤੋਂ ਜਾਂ ਪੂਰੀ 5-6 ਰੋਟੀਆਂ ਖਾਂਦਾ ਉਹ ਖਾ ਸਕਦਾ ਹੈ ਜਿਹੜਾ ਇੱਕ ਦੋ ਖਾਂਦਾ ਉਹ ਤਾਂ ਮੇਰੇ ਨਾਲ 30 ਗ੍ਰਾਮ ਨਾਲ ਹੀ ਰਾਜ ਜੂਗਾ ਅੱਛਾ ਜੀ ਹਾਂ ਜੀ ਇੰਨੀ ਜਾਨੀ ਕਿ ਉਹਦੇ ਚ ਬੂਸਟ ਹੁੰਦਾ ਹੈ ਇੰਨੀ ਜਾਨੀ ਕਿ ਹਿਮਿਉਨਿਟੀ ਤੇ ਹਿਮਿਉਨਿਟੀ ਦੀ ਗੱਲ ਕਰਦੇ ਸੀ ਸਰੀਰ ਦੀਆਂ ਤਾਕਤਾਂ ਨੂੰ ਵਧਾਉਣ ਵਾਸਤੇ ਅੱਜ ਕੱਲ ਸਾਡਾ ਖਾਣਾ ਪਾਣਾ ਹੀ ਇਦਾਂ ਦਾ ਹੋ ਗਿਆ ਕਿ ਅਸੀਂ ਜ਼ਹਿਰਾ ਖਾ ਰਹੇ ਹਾਂ ਬਾਈ ਨੇ ਕਣਕ ਦੀ ਗੱਲ ਕੀਤੀ ਬਾਈਆਂ ਦਾ ਕਣਕ ਤਾਂ ਘਰੇ ਨਾਲ ਵਾੜੋ ਖਾਣੀ ਤਾਂ ਦੂਰ ਦੀ ਗੱਲ ਹੈ ਕਿਉਂਕਿ ਅੱਜ ਦੀ ਜਿਹੜੀ ਕਣਕ ਹੈ ਜ਼ਹਿਰ ਆ ਪਹਿਲੀ ਗੱਲ ਤਾਂ ਆਰਗੈਨਿਕ ਨਹੀਂ ਰੀਆ ਸਪਰੀਆ ਆਪਾਂ ਕੇ ਬਣੀ ਐ ਤੇ ਦੂਜੀ ਗੱਲ ਅਸੀਂ ਖਾਣਾ ਹੀ ਅਸੀਂ ਤਾਂ ਗਿੱਜ ਗਏ ਆ ਕਿ ਰੋਟੀ ਹੋਵੇ ਤਿੰਨ ਟਾਈਮ ਹੋਵੇ ਤਾਂ ਕਈ ਤਾਂ ਸ਼ਾਇਦ ਇਹ ਆ ਕਿ ਜਦੋਂ ਵੀ ਖਾਣ ਰੋਟੀ ਖਾਂਦੇ ਆ ਭਾਵੇਂ ਚਾਰ ਟਾਈਮ ਨਾਲ ਕਿਉਂ ਨਹੀਂ ਖਾਣੀ ਪਵੇ ਉਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਬਾਈਆਂ ਦਾ ਕਣ ਕਣਕ ਨਹੀਂ ਖਾਣੀ ਤੇ ਬਾਈ ਇੱਕ ਤੁਸੀਂ ਹੋਰ ਚੀਜ਼ ਕਿਹਾ ਸੀ ਚੀਨੀ ਖੰਡ ਖੰਡ ਕਿਉਂ ਨਹੀਂ ਖਾਣੀ ਬਾਈ ਖੰਡ ਜੋ ਤਿਆਰ ਕਰਦੇ ਨੇ ਕੈਮੀਕਲ ਪੈਂਦਾ 23 ਕੈਮੀਕਲ ਉਹ ਕੰਮ ਦਾ ਕੋਈ ਨਹੀਂ ਸਾਰੇ ਕੈਮੀਕਲ ਤਾਂ ਹਰ ਕੈਮੀਕਲ ਹੀ ਆ ਗਿਆ ਹੁਣ ਗੁੜ ਬੰਦ ਦਾ ਕੋਈ ਕੈਮੀਕਲ ਨਹੀਂ ਪੈਂਦਾ ਜਿਵੇਂ ਆਪਾਂ ਨੂੰ ਨਤਾਰਦੇ ਮੈਲ ਤਾਂ ਭਿੰਡੀ ਦਾ ਪਾਣੀ ਹੈ ਜਾਂ ਥੋੜਾ ਥੋੜਾ ਨਾਰਮਲ ਇਹੀ ਹੋ ਗਿਆ 1 ਕਿਲੋ ਚ ਪਿਆ ਤੇ ਉਹਦਾ ਕੋਈ ਨੁਕਸਾਨ ਨਹੀਂ ਤੇ ਆਪਣੇ ਜਿਹੜਾ ਸਰੀਰ ਡਿਜ਼ਾਈਨ ਹੋਇਆ ਉਹਦਾ ਕੱਚੇ ਵਾਸਤੇ ਹੀ ਹੋਇਆ ਨਾ ਉਹ ਜਿਵੇਂ ਆਪਾਂ ਕੱਚੀਆਂ ਹੀ ਫਲੀਆਂ ਭਿੰਡੀਆਂ ਜਿਵੇਂ ਆਪਣੇ ਜੋ ਵੀ ਸਲਾਦ ਆ ਮੂਲੀ ਗਾਜਰ ਛਲਗਮ ਤੇ ਉਹਦੇ ਵਾਸਤੇ ਹੋਇਆ ਤੇ ਪੱਕਾ ਭੋਜਨ ਤਾਂ ਮਤਲਬ 50% ਆ ਪੱਕਾ ਕਰਨਾ ਤੇ 50 ਕੱਚਾ ਤੇ ਕੱਚਾ ਪਹਿਲਾਂ ਤੇ ਪੱਕਾ ਬਾਅਦ ਜਿਵੇਂ ਸਵੇਰ ਆਪਾਂ ਮੰਨ ਲਓ ਗ੍ਰੀਨ ਟੀ ਬਣਾਲੀ ਪਾਣੀ ਪੀ ਲਿਆ ਉਦੋਂ ਬਾਅਦ ਫਰੂਟ ਫਿਰ ਸਲਾਦ ਖਾ ਕੇ ਫਿਰ ਹੀ ਖਾਣਾ ਖਾਣਾ ਚਾਹੀਏ ਤੁਸੀਂ ਰੋਟੀ ਬਾਜਰੇ ਦੀ ਖਾਣੀਏ ਚਾਹੀਏ ਮੱਕੀ ਜਾਂ ਜਵਾਰ ਦੀ ਸਲਾਦ ਪਹਿਲਾਂ ਖਾ ਕੇ ਫਿਰ ਰੋਟੀ ਖਾਣੀਏ ਭਾਜੀ ਮੈਲਟਨ ਆਜ ਖਾਣੇ ਤਾਂ ਵੀ ਫਿਰ ਤਾਂ ਆਪਾਂ ਸਾਰੀਆਂ ਬਿਮਾਰੀਆਂ ਠੀਕ ਕਰ ਸਕਦੇ ਏ ਟੂ ਜ਼ੈਡ ਕੋਈ ਬਿਮਾਰੀ ਨਹੀਂ ਦੇਣੀ ਭਾਈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਸੀਂ ਰੋਟੀ ਨਹੀਂ ਖਾਧੀ ਸਿਰਫ ਮੈਲਟਨ ਆਜ ਤੇ ਜਾਂ ਇੱਕ ਹੀ ਕਹਦੀਏ ਕਿ ਸਲਾਦ ਵਗੈਰਾ ਤੇ ਰਹਿ ਰਹੇ ਆ ਇਹ ਆਪਣਾ ਸੀਗਾ ਜੀ 2020 ਚ 20 ਅਗਸਤ 2020 ਤੋਂ ਕਣਕ ਦੀ ਰੋਟੀ ਬੰਦ ਕਰੀਏ ਜੀ ਤੇ ਜਿਹੜਾ ਆਪਣਾ ਖੰਡ ਹਮ ਚੌਲ ਤੇ ਡੱਬਾਵਾਂ ਦੀ ਜੀ ਇਹ 4 April 2019 ਤੋਂ ਜੀ ਬੰਦ ਕਰੀਏ ਇਹ ਕੁੱਲ ਮਿਲਾ ਕੇ ਐਵਰੇਜ ਹੀ 2 ਸਾਲ ਦੀ ਮੰਨ ਸਕਦੇ ਆ ਕਿ 2 ਸਾਲ ਹੋ ਗਏ ਤੁਸੀਂ ਹਮ ਵੀ ਰੋਟੀ ਨਹੀਂ ਖਾਂਦੇ ਕਣਕ ਦੀ ਸਿਰਫ ਮਿਲਟਨ ਆਜ ਜਾਂ ਆ ਕੁਦਰਤੀ ਸਰੋਤਾਂ ਰਾਹੀਂ ਤੁਸੀਂ ਆਨੰਦ ਲੈ ਰਹੇ ਹੋ ਹਾਂਜੀ ਹਾਂ ਨਹੀਂ ਜੌਂ ਸੀਗੇ ਮੇਰੇ ਕੋਲ ਹੁਣ 55 ਕਿਲੋ ਜੌਂ ਲੈਂਦੇ ਸੀਗੇ 5 ਕਿਲੋ ਰਹਿ ਗਏ ਸੀ ਮੇਰੀ ਮਾਤਾ ਮੈਂ ਉਹ ਵਧੀਆ ਰੋਟੀ ਬਣਾ ਲੈਂਦੇ ਆ ਰਾਗੀ ਦੀ ਰੋਟੀ ਬਣ ਜਾਂਦੀ ਆਟੇ ਦੀ ਹਮ ਤੇ ਕਦੇ ਉਹਦੀ ਜਵਾਰ ਦੀ ਬਣਾ ਲੈਂਦੇ ਸੀ ਕਦੇ ਮੱਕੀ ਦੀ ਕਦੇ ਛੋਲਿਆਂ ਦੇ ਆਟੇ ਦੀ ਯਾਨੀ ਕਿ ਪੂਰੇ ਆਨੰਦ ਨਾਲ ਹਾਂ ਹਾਂ ਕਨਕ ਨਹੀਂ ਰੋਟੀ ਨਹੀਂ ਖਾਦੀ ਕਨਕ ਨਾਲ ਇਹ ਸੇ ਆਰਗੈਨਿਕ ਸਾਡੇ ਕੋਲ ਅੱਧੇ ਕਿੱਲੇ ਦੀ ਹੂੰ ਤੇ ਉਹ ਥੋੜਾ ਜਨਾ ਆਟਾ ਬਸ ਕਦੇ ਮਾਤਾ ਪਾ ਲੈਂਦੀ ਹੈ ਤੇ ਮੈਂ ਤਾਂ ਆਪਦੀ ਰੋਟੀ ਚ ਨਹੀਂ ਪਉਂਦਾ ਵੈਸੇ ਮੈਂ ਜਿਆਦਾ ਮਿਲਟਨ ਆਜੀ ਖਾਨਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਸੋ ਦੋਸਤੋ ਮੈਂ ਤੁਹਾਨੂੰ ਵੀ ਕਹਾਂਗਾ ਕਿ ਜਰੂਰ ਬਾਈ ਦੀਆਂ ਗੱਲਾਂ ਤੇ ਅਮਲ ਕਰਿਓ ਆਪਣੇ ਸਿਹਤ ਦਾ ਖਿਆਲ ਰੱਖੋ ਤੰਦਰੁਸਤ ਰਹੋ ਤੇ ਫੇਰ ਹੀ ਤੰਦਰੁਸਤ ਰਵਾਂਗੇ ਜੇ ਅਸੀਂ ਚੰਗਾ ਖਾਵਾਂਗੇ ਚੰਗੇ ਤਰੀਕੇ ਦੇ ਨਾਲ ਖਾਵਾਂਗੇ ਚੰਗੀ ਸਿਹਤ ਦੇ ਲਈ ਚੰਗਾ ਖਾਣਾ ਬਹੁਤ ਜ਼ਰੂਰੀ ਹੈ ਤੇ ਜ਼ਹਿਰਾਂ ਤੋਂ ਬਚੋ ਜ਼ਹਿਰਾਂ ਤੋਂ ਬਚੋ ਮਤਲਬ ਕਿ ਅੱਜ ਕੱਲ੍ਹ ਦੀਆਂ ਸਬਜ਼ੀਆਂ ਵੀ ਠੀਕਾਂ ਨਾਲ ਬਣੀਆਂ ਹੋਈਆਂਗੇ ਘਰ ਵਿੱਚ ਉਹਗਾਓ ਜਾਂ ਆਰਗੈਨਿਕ ਤਰੀਕੇ ਦੇ ਨਾਲ ਬਣਾਈ ਗਈ ਸਬਜ਼ੀ ਬੀਜੀ ਗਈ ਸਬਜ਼ੀ ਨੂੰ ਖਰੀਦੋ ਸੋ ਮੈਂ ਇਹੀ ਕਹਾਂਗਾ ਕਿ ਤੁਸੀਂ ਬਾਈ ਦੀਆਂ ਗੱਲਾਂ ਨੂੰ ਕਿਵੇਂ ਸੋਚਦੇ ਹੋ ਸਾਡੇ ਨਾਲ ਕਮੈਂਟ ਰਾਹੀਂ ਜੁੜਿਓ ਦੇਖਦੇ ਰਹੋ ਲੋਕਵਾਜ ਟੀਵੀ ਮੈਂ ਪਰਮਜੀਤ ਸਿੰਘ ਕੈਮਰਾਮੈਨ ਲਾਪ੍ਰੀਤ ਸਿੰਘ ਦੇ ਨਾਲ